ਭਾਰਤ ਅਮਰੀਕਾ ਤੇ ਚੀਨ ਤੋਂ ਬਾਅਦ ਭਾਰਤ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਬਣ ਕੇ ਆਈ। ਅਧਿਕਾਰਤ ਏਅਰਲਾਈਨ ਗਾਈਡ ਭਾਰਤ ਦੀ ਇੱਕ ਹਵਾਬਾਜ਼ੀ ਵਿਸ਼ਲੇਸ਼ਣ ਕੰਪਨੀ ਅਨੁਸਾਰ ਏਅਰਲਾਈਨਸ ਇੰਡੀਗੋ ਤੇ ਏਅਰ ਇੰਡੀਆ ਵੱਲੋਂ ਹਵਾਈ ਜਹਾਜ਼ਾਂ ਦੇ ਬੇੜੇ ਦੇ ਵਿਸਤਾਰ ਤੋਂ ਬਾਅਦ ਭਾਰਤ ਨੇ ਹਵਾਬਾਜ਼ੀ ਬਾਜ਼ਾਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਕੰਪਨੀ ਮੁਤਾਬਿਕ ਪਿਛਲੇ 10 ਸਾਲਾਂ ਵਿੱਚ ਭਾਰਤ ਦੀ ਘਰੇਲੂ ਹਵਾਬਾਜ਼ੀ ਸਮਰੱਥਾ ਦੁੱਗਣੀ ਹੋ ਗਈ ਹੈ। ਅਪ੍ਰੈਲ 2014 ਦੀਆਂ 99 ਲੱਖ ਸੀਟਾਂ ਦੇ ਮੁਕਾਬਲੇ ਅਪ੍ਰੈਲ 2024 'ਚ 1,55,00,000 ਸੀਟਾਂ ਹੋ ਗਈਆਂ ਨੇ। ਭਾਰਤ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਉਸ ਨੇ ਬ੍ਰਾਜ਼ੀਲ ਦੀ ਥਾਂ ਲੈ ਲਈ ਹੈ ਜੋ ਹੁਣ ਚੌਥੇ ਸਥਾਨ 'ਤੇ ਹੈ। ਇੰਡੀਗੋ ਅਤੇ ਏਅਰ ਇੰਡੀਆ ਨੇ 1,000 ਤੋਂ ਵੱਧ ਜਹਾਜ਼ਾਂ ਦੀ ਖਰੀਦ ਦੇ ਆਰਡਰ ਦਿੱਤੇ ਨੇ।